ਪੱਕੀ ਹੋ ਗਈ ਹੈ ਔਰ ਕਿਸੇ ਵੀ ਵੇਲੇ ਐਲਾਨ ਹੋ ਸਕਦਾ। ਔਰ ਦੂਜੇ ਪਾਸੇ ਜੇ ਗੱਲ ਕਰੀਏ ਅਨੰਦਪੁਰ ਸਾਹਿਬ ਤੋਂ ਮੌਜੂਦਾ MP ਮਨੀਸ਼ ਤਿਵਾੜੀ ਨੂੰ ਉਹਨਾਂ ਦੀ ਟਿਕਟ ਬਦਲ ਕੇ ਕਾਂਗਰਸ ਨੇ ਉਹਨਾਂ ਨੂੰ ਚੰਡੀਗੜ੍ਹ ਤੋਂ ਉਮੀਦਵਾਰ ਬਣਾ ਦਿੱਤਾ ਹੈ। ਉਹਨਾਂ ਦਾ ਰਸਮੀ ਐਲਾਨ ਜਿਹੜਾ ਉਹ ਹੋ ਗਿਆ ਤਾਂ ਦੱਸ ਦਈਏ ਕਿ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬਠਿੰਡਾ ਤੋਂ ਜਿਹੜੇ ਜੀਤ ਮਹਿੰਦਰ ਸਿੰਘ ਸਿੱਧੂ ਜਿਹੜੇ ਨੇ ਉਹ ਜਿਹੜੇ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਣ ਜਾ ਰਹੇ ਨੇ। ਦੱਸਿਆ ਜਾ ਰਿਹਾ ਕਿ ਉਹਨਾਂ ਦੀ ਟਿਕਟ ਜਿਹੜੀ ਹੈ ਉਹ ਕਨਫਰਮ ਉੱਥੋਂ ਹੋਈ ਹੈ। ਕਿਸੇ ਵੀ ਵੇਲੇ ਜਿਹੜਾ ਉਹ ਐਲਾਨ ਹੋ ਸਕਦਾ ਹੈ ਤਾਂ ਜਿਹੜੇ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਨੂੰ ਜਿਹੜੀ ਹੈ ਉਹ ਟਿਕਟ ਮਿਲੀ ਹੈ। ਔਰ ਉੱਥੇ ਜੇਕਰ ਗੱਲ ਕਰੀਏ ਤਾਂ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਤੋਂ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ। ਇਹ ਤਿੰਨੇ ਸੀਟਾਂ ਜਿਹੜੀਆਂ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀਆਂ ਨੇ। ਔਰ ਉੱਥੇ ਜੇਕਰ ਗੱਲ ਕਰੀਏ ਕਿ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਤੋਂ, ਸੁਖਪਾਲ ਸਿੰਘ ਖਹਿਰਾ ਸੰਗਰੂਰ ਤੋਂ, ਔਰ ਨਾਲ ਹੀ ਨਾਲ ਜੀਤ ਮਹਿੰਦਰ ਸਿੰਘ ਸਿੱਧੂ ਬਠਿੰਡਾ ਤੋਂ ਉਮੀਦਵਾਰ ਹੋਣਗੇ ਇਹ ਸੂਤਰਾਂ ਦੇ ਹਵਾਲੇ ਤੋਂ। ਔਰ ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਨੂੰ ਰਸਮੀ ਤੌਰ 'ਤੇ ਉਮੀਦਵਾਰ ਕਾਂਗਰਸ ਪਾਰਟੀ ਨੇ ਆਪਣਾ ਬਣਾ ਦਿੱਤਾ ਹੈ। ਉਹਨਾਂ ਦੇ ਬਾਰੇ ਰਸਮੀ ਤੌਰ 'ਤੇ ਐਲਾਨ, ਉਹਨਾਂ ਦੇ ਬਾਰੇ ਲਿਸਟ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਹੈ। ਪਰ ਫਿਲਹਾਲ ਪੰਜਾਬ ਦੇ ਕਾਂਗਰਸੀਆਂ ਦੀ ਲਿਸਟ ਆਉਣੀ ਬਾਕੀ ਹੈ। ਪਰ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਜਿਹੜੀ ਆ ਤੁਹਾਨੂੰ ਦੇ ਰਹੇ ਹਾਂ ਕਿ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਦੀ ਟਿਕਟ ਜਿਹੜੀ ਆ ਉਹ ਪੱਕੀ ਹੋਈ ਹੈ। ਔਰ ਉੱਥੇ ਹੀ ਜੇਕਰ ਗੱਲ ਕਰੀਏ ਕਿ ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਜਿਹੜੇ ਆ ਉਹ ਕਹਿੰਦੇ ਆ ਕਿ ਉਮੀਦਵਾਰ ਹੋਣਗੇ। ਔਰ ਜੇਕਰ ਗੱਲ ਕਰੀਏ ਸੁਖਪਾਲ ਸਿੰਘ ਖਹਿਰਾ ਦੀ ਤਾਂ ਉਹ ਸੰਗਰੂਰ ਤੋਂ, ਔਰ ਮਨੀਸ਼ ਤਿਵਾੜੀ ਅਨੰਦਪੁਰ ਸਾਹਿਬ ਦੇ ਮੌਜੂਦਾ MP ਜਿਹੜੇ ਨੇ ਉਹਨਾਂ ਨੂੰ ਪਾਰਟੀ ਨੇ ਚੰਡੀਗੜ੍ਹ ਤੋਂ ਉਮੀਦਵਾਰ ਬਣਾਇਆ। ਤਾਂ ਜੇਕਰ ਉੱਥੇ ਹੀ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਗੁਰਜੀਤ ਸਿੰਘ ਔਜਲਾ ਦੇ ਮੁਕਾਬਲੇ ਬਹੁਤ ਸਾਰੇ ਉਮੀਦਵਾਰ ਜਿਹੜੇ ਉੱਥੇ ਸੀਗੇ। ਪਰ ਦੂਜੇ ਪਾਸੇ ਜੇਕਰ ਗੁਰਜੀਤ ਸਿੰਘ ਔਜਲਾ ਦੀ ਗੱਲ ਕਰੀਏ ਕਿ ਨੋਨ ਕੰਟਰਵਰਸ਼ੀਅਲ ਫੇਸ ਹੈਗੇ ਆ, ਔਰ ਉਹਨਾਂ ਨੇ ਲੋਕਾਂ ਦੇ ਵਿੱਚ ਵੀ ਪਿਛਲੇ ਆਪਣੇ ਲੰਬੇ ਕੈਰੀਅਰ ਦੇ ਵਿੱਚ ਚੰਗੇ ਕੰਮਕਾਜ ਜਿਹੜੇ ਉਹ ਕੀਤੇ ਆ, ਔਰ ਉਹਨਾਂ ਦੇ ਰਿਲੇਸ਼ਨ ਵੀ ਜਿਹੜੇ ਆ ਉਹ ਦਿੱਲੀ ਦੇ ਵਿੱਚ ਅੱਛੇ ਦੱਸੇ ਜਾਂਦੇ ਰਹੇ। ਔਰ ਪਿਛਲੇ ਦਿਨੀ ਜਿਹੜਾ ਸੰਸਦ ਦੇ ਵਿੱਚ ਕੁਝ ਨੌਜਵਾਨ ਜਿਹੜੇ ਆ ਉਹ ਇੱਕ ਰੰਗ ਵਾਲੇ ਬੰਬ ਲੈ ਕੇ ਆ ਗਏ ਸੀ, ਹਾਲਾਂਕਿ ਪਹਿਲਾਂ ਨਹੀਂ ਸੀ ਪਤਾ ਕਿ ਉਹ ਰੰਗ ਵਾਲੇ ਬੰਬ ਨੇ। ਉਦੋਂ ਵੀ ਗੁਰਜੀਤ ਸਿੰਘ ਔਜਲਾ ਹੋਰਾਂ ਨੇ ਆਪਣੀ ਬਹਾਦਰੀ ਦਿਖਾਉਂਦੇ ਹੋਏ ਉਸ ਬੰਬ ਨੂੰ ਜਿਹੜਾ ਹੱਥ ਦੇ ਵਿੱਚ ਚੱਕਿਆ ਸੀ। ਤਾਂ ਉਸ ਤੋਂ ਬਾਅਦ ਰਾਹੁਲ ਗਾਂਧੀ ਹੋਰੀ ਵੀ ਜਿਹੜੇ ਉਹਨਾਂ ਨੂੰ ਇੱਕ ਚੰਗਾ ਜਿਹੜਾ ਆਪਣੀ ਨਜ਼ਰਾਂ ਦੇ ਵਿੱਚ ਸਮਝਦੇ ਹੈਗੇ। ਔਰ ਜੇਕਰ ਗੱਲ ਕਰੀਏ ਤਾਂ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਜਿਹੜੇ ਕਾਫੀ ਸਾਰੇ ਉਮੀਦਵਾਰਾਂ ਨੂੰ ਪੈਨਲ ਦੇ ਵਿੱਚੋਂ ਟੱਕਰ ਦੇ ਕੇ ਮੌਜੂਦਾ MP ਨੇ ਅੰਮ੍ਰਿਤਸਰ ਤੋਂ ਉਹ ਅੱਗੇ ਆਏ ਨੇ। ਔਰ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਸੂਤਰ ਜਾਣਕਾਰੀ ਦੇ ਰਹੇ ਆ ਕਿ ਪੱਕੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਕਿ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ, ਜੀਤ ਮਹਿੰਦਰ ਸਿੱਧੂ ਜਿਹੜੇ ਕਿ ਹੁਣੇ ਹੁਣੇ ਕਾਂਗਰਸ ਦੇ ਵਿੱਚ ਕੁਝ ਸਮਾਂ ਪਹਿਲਾਂ ਹੀ ਜਿਹੜੇ ਉਹ ਸ਼ਾਮਿਲ ਹੋਏ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀਗੇ ਉਹ, ਔਰ ਉਹਨਾਂ ਨੂੰ ਵੀ ਕਹਿੰਦੇ ਕਿ ਟਿਕਟ ਕਾਂਗਰਸ ਦੇਣ ਜਾ ਰਹੀ ਹੈ। ਔਰ ਕਿਸੇ ਵੀ ਵੇਲੇ ਐਲਾਨ ਜਿਹੜਾ ਉਹ ਪੰਜਾਬ ਕਾਂਗਰਸ ਦੀਆਂ ਇਹਨਾਂ ਟਿਕਟਾਂ ਦਾ ਹੋ ਸਕਦਾ ਹੈ। ਤਾਂ ਦੱਸ ਦਈਏ ਕਿ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ, ਔਰ ਜੀਤ ਮਹਿੰਦਰ ਸਿੰਘ ਸਿੱਧੂ ਜਿਹੜੇ ਆ ਉਹ ਬਠਿੰਡਾ ਤੋਂ ਪਾਰਟੀ ਦੇ ਕਾਂਗਰਸ ਦੇ ਉਮੀਦਵਾਰ ਹੋਣਗੇ। ਸੂਤਰਾਂ ਦੇ ਹਵਾਲੇ ਤੋਂ, ਭਰੋਸੇਯੋਗ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ। ਔਰ ਮੌਜੂਦਾ ਜੇਕਰ ਗੱਲ ਕਰੀਏ ਮੌਜੂਦਾ ਜਿਹੜੇ ਨੇ MP ਮਨੀਸ਼ ਤਿਵਾੜੀ ਜਿਹੜੇ ਨੇ ਉਹਨਾਂ ਨੂੰ ਜੇਕਰ ਮੈਂ ਗੱਲ ਕਰਾਂ ਕਿ ਉਹਨਾਂ ਨੂੰ ਚੰਡੀਗੜ੍ਹ ਤੋਂ ਹੁਣ ਕਾਂਗਰਸ ਪਾਰਟੀ ਨੇ ਉਮੀਦਵਾਰ ਐਲਾਨਿਆ, ਔਰ ਉਹਨਾਂ ਨੂੰ ਜੇਕਰ ਗੱਲ ਕਰੀਏ ਕਿ ਰਸਮੀ ਤੌਰ 'ਤੇ ਉਮੀਦਵਾਰ ਐਲਾਨ ਦਿੱਤਾ ਹੈ, ਉਹਨਾਂ ਦਾ ਰਸਮੀ ਐਲਾਨ ਜਿਹੜਾ ਉਹ ਕਰ ਦਿੱਤਾ ਹੈ। ਕਿਉਂਕਿ ਕੁਝ ਟਿਕਟਾਂ ਦੀ ਜਿਹੜੀ ਆ ਉੜੀਸਾ ਦੇ ਸਮੇਤ, ਗੁਜਰਾਤ ਦੇ ਸਮੇਤ, ਹਿਮਾਚਲ ਦੇ ਸਮੇਤ,
ਚੰਡੀਗੜ੍ਹ ਦੀ ਲਿਸਟ ਵੀ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਹੈ। ਔਰ ਉਹਦੇ ਵਿੱਚ ਰਸਮੀ ਤੌਰ ਤੇ ਜੇਕਰ ਗੱਲ ਕਰਾਂਗੇ ਮਨੀਸ਼ ਤਿਵਾੜੀ ਦਾ ਐਲਾਨ ਹੋ ਚੁੱਕਿਆ ਹੈ। ਔਰ ਗੁਰਜੀਤ ਸਿੰਘ ਔਜਲਾ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਹੈ ਕਿ ਉਹ ਅੰਮ੍ਰਿਤਸਰ ਤੋਂ ਹੀ ਉਮੀਦਵਾਰ ਜਿਹੜੇ ਆ ਹੋਣਗੇ। ਮੌਜੂਦਾ ਐਮ ਪੀ ਨੇ ਦੋ ਵਾਰ ਚੋਣ ਜਿਹੜੀ ਆ ਉਹ ਜਿੱਤ ਚੁੱਕੇ ਨੇ ਔਰ ਹੁਣ ਫਿਰ ਤੀਜੀ ਵਾਰ ਕਾਂਗਰਸ ਪਾਰਟੀ ਨੇ ਉਹਨਾਂ 'ਤੇ ਹੀ ਭਰੋਸਾ ਜਿਹੜਾ ਜਿਤਾਇਆ ਹੈਗਾ। ਤਾਂ ਦੱਸ ਦਈਏ ਕਿ ਉਹ ਜਿਹੜੇ ਕਾਂਗਰਸ ਪਾਰਟੀ ਦੇ ਇੱਕ ਚੰਗੇ ਕੈਂਡੀਡੇਟ ਨੋਨ ਕੰਟਰਵਰਸ਼ੀਅਲ ਫੇਸ ਜਿਹੜੇ ਉਹ ਮੰਨੇ ਜਾ ਰਹੇ ਨੇ ਔਰ ਉਹਨਾਂ ਨੂੰ ਹੁਣ ਕਾਂਗਰਸ ਪਾਰਟੀ ਨੇ ਇੱਕ ਵਾਰ ਫਿਰ ਉਹਨਾਂ ਦੇ ਉੱਪਰ ਭਰੋਸਾ ਜਿਤਾਇਆ। ਲੋਕਾਂ ਦੇ ਵਿੱਚ ਚੰਗਾ ਆਧਾਰ ਹੈਗਾ, ਲੋਕਾਂ ਦੇ ਵਿੱਚ ਚੰਗਾ ਵਿਚਰਦੇ ਰਹੇ ਆ, ਲੋਕਾਂ ਦੇ ਚੰਗੇ ਕੰਮ ਕਾਜ ਗੁਰਜੀਤ ਸਿੰਘ ਔਜਲਾ ਨੇ ਜਿਹੜੇ ਉਹ ਕਰਾਏ ਹੈ। ਔਰ ਗੁਰਜੀਤ ਸਿੰਘ ਔਜਲਾ ਜਿਹੜੇ ਉਹ ਤੀਜੀ ਵਾਰ ਕਾਂਗਰਸ ਪਾਰਟੀ ਦੇ ਲਗਾਤਾਰ ਉਮੀਦਵਾਰ ਹੋਣਗੇ। ਇਸ ਤੋਂ ਪਹਿਲਾਂ ਦੋ ਵਾਰ ਗੁਰਜੀਤ ਸਿੰਘ ਔਜਲਾ ਜਿਹੜੇ ਉੱਥੋਂ ਜਿੱਤ ਚੁੱਕੇ ਹੈਗੇ ਆ ਔਰ ਹੁਣ ਇੱਕ ਵਾਰ ਫਿਰ ਪਾਰਟੀ ਨੇ ਉਹਨਾਂ 'ਤੇ ਹੀ ਭਰੋਸਾ ਜਿਤਾਇਆ ਹੈਗਾ। ਜੀਤਮਿੰਦਰ ਸਿੱਧੂ ਕਦੇ ਕਾਂਗਰਸ ਕਦੇ ਅਕਾਲੀ ਦਲ, ਕਦੇ ਕਾਂਗਰਸ ਕਦੇ ਅਕਾਲੀ ਦਲ, ਇਸ ਤਰੀਕੇ ਨਾਲ ਪਾਰਟੀ ਬਦਲਦੇ ਹੋਏ ਇੱਕ ਵਾਰ ਫਿਰ ਕਾਂਗਰਸ ਪਾਰਟੀ ਦੇ ਵਿੱਚ ਆ ਗਏ ਨੇ। ਔਰ ਉਹਨਾਂ ਨੂੰ ਜੇਕਰ ਗੱਲ ਕਰਾਂ ਕਿ ਸੂਤਰ ਦੱਸਦੇ ਨੇ ਕਿ ਜੀਤਮਿੰਦਰ ਸਿੱਧੂ ਬਠਿੰਡਾ ਤੋਂ ਜਿਹੜੇ ਉਮੀਦਵਾਰ ਜਿਹੜੇ ਆ ਉਹ ਹੋਣ ਜਾ ਰਹੇ ਨੇ ਔਰ ਕਿਸੇ ਵੀ ਵੇਲੇ ਰਸਮੀ ਤੌਰ 'ਤੇ ਐਲਾਨ ਜਿਹੜਾ ਉਹ ਇਹਨਾਂ ਦਾ ਹੋ ਸਕਦਾ। ਔਰ ਜਿਹੜੇ ਸੰਗਰੂਰ ਤੋਂ ਕੈਂਡੀਡੇਟ ਬੇਹੱਦ ਨਿਧੜਕ, ਬੇਹੱਦ ਜਰਨੈਲੀ ਦੇ ਵਾਂਗੂ ਜਿਹੜੇ ਉਹ ਲੜਨ ਵਾਲੇ ਸੁਖਪਾਲ ਸਿੰਘ ਖਹਿਰਾ ਜਿਹੜੇ ਨੇ ਉਹ ਲਗਾਤਾਰ ਸਰਕਾਰ ਦੀਆਂ ਵੱਖ ਵੱਖ ਪੋਲਿਸੀਜ਼ ਦੇ ਖਿਲਾਫ਼, ਸਰਕਾਰ ਦੀਆਂ ਵੱਖ ਵੱਖ ਨੀਤੀਆਂ ਦੇ ਖਿਲਾਫ਼, ਚਾਹੇ ਉਹ NSA ਦਾ ਮੁੱਦਾ ਹੋਵੇ, ਚਾਹੇ ਉਹ ਪੰਜਾਬ ਦਾ ਕੋਈ ਵੀ ਮੁੱਦਾ ਹੋਵੇ, ਹਰ ਮੁੱਦੇ ਨੂੰ ਬੜੀ ਬੇਬਾਕੀ ਦੇ ਨਾਲ ਲੈਂਦੇ ਨੇ, ਹਰ ਮੁੱਦੇ ਦੇ ਉੱਪਰ ਬੜੀ ਬੇਬਾਕੀ ਦੇ ਨਾਲ ਟਿੱਪਣੀ ਕਰਦੇ ਨੇ ਔਰ ਸਰਕਾਰਾਂ ਦੇ ਨਾਲ ਮੱਥੇ ਲਾਉਣ ਤੋਂ ਵੀ ਡਰਦੇ ਨਹੀਂ, ਚਾਹੇ ਉਹ BJP ਦਾ, ਚਾਹੇ ਉਹ BJP ਦੇ ਜਿਹੜੇ ਸਰਕਾਰ ਹੋਵੇ, ਚਾਹੇ ਉਹ ਪੰਜਾਬ ਦੀ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ। ਲਗਾਤਾਰ ਸੁਖਪਾਲ ਸਿੰਘ ਖਹਿਰਾ ਪੰਜਾਬ ਦੇ ਹੱਕਾਂ ਦੀ ਗੱਲ ਜਿਹੜੀ ਉਹ ਕਰਦੇ ਆਏ ਹੈ ਔਰ ਸੁਖਪਾਲ ਸਿੰਘ ਖਹਿਰਾ ਨੂੰ ਦੋ ਵਾਰ ਜੇਲ੍ਹ ਵੀ ਜਾਣਾ ਪੈ ਗਿਆ, ਇੱਕ ਵਾਰੀ ED ਦੇ ਰਾਹੀਂ ਔਰ ਦੂਜੇ ਪਾਸੇ ਵਿਜੀਲੈਂਸ ਦੇ ਰਾਹੀਂ ਵੀ। ਹਾਲਾਂਕਿ ਹੁਣੇ ਹੁਣੇ ਉਹਨਾਂ ਨੂੰ ਸੁਪਰੀਮ ਕੋਰਟ ਤੋਂ ਰਾਹਤ ਵੀ ਜਿਹੜੀ ਉਹ ਮਿਲੀ ਹੈ। ਤਾਂ ਸੁਖਪਾਲ ਸਿੰਘ ਖਹਿਰਾ ਇੱਕ ਸਿਆਸੀ ਤੌਰ 'ਤੇ ਮੁੱਦਿਆਂ ਦੇ ਤੌਰ 'ਤੇ ਲੜਾਕੂ ਆਗੂ ਜਿਹੜੇ ਆ ਉਹ ਜਾਣੇ ਜਾਂਦੇ ਰਹੇ ਆ ਔਰ ਸੁਖਪਾਲ ਸਿੰਘ ਖਹਿਰਾ ਲਗਾਤਾਰ ਲੋਕਾਂ ਦੇ ਵਿੱਚ ਆਪਣਾ ਆਧਾਰ ਬਣਾ ਕੇ ਰੱਖਿਆ। ਸੁਖਪਾਲ ਸਿੰਘ ਖਹਿਰਾ ਭਲੱਤ ਤੋਂ ਵੀ ਜਿਹੜੇ 22 ਦੇ ਵਿੱਚ ਆਪ ਦੀ ਹਨੇਰੀ ਦੇ ਵਿੱਚ ਜਿੱਤੇ ਸੀਗੇ ਔਰ ਜੇਕਰ ਮੈਂ ਗੱਲ ਕਰਾਂ ਸੁਖਪਾਲ ਸਿੰਘ ਖਹਿਰਾ ਦੀ ਤਾਂ ਉਹ ਇੱਕੋ ਇੱਕ ਉਹਨਾਂ ਦੀ ਭਲੱਥ ਸੀਟ ਸੀ ਜਿੱਥੇ ਆਮ ਆਦਮੀ ਪਾਰਟੀ ਦੀ ਜਿਹੜੀ ਉਹ ਜ਼ਮਾਨਤ ਜਿਹੜੀ ਉਹ ਜ਼ਬਤ ਹੋਈ ਸੀਗੀ। ਤਾਂ ਇਹ ਦੱਸ ਦਿੰਦੇ ਹਾਂ ਕਿ ਬਹੁਤ ਵੱਡੀ ਖਬਰ ਜਿਹੜੀ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬਠਿੰਡਾ ਤੋਂ ਜੀਤਮਿੰਦਰ ਸਿੱਧੂ, ਅੰਮ੍ਰਿਤਸਰ ਤੋਂ ਔਜਲਾ, ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਜਿਹੜੇ ਉਮੀਦਵਾਰ ਹੋਣਗੇ। ਅਤੇ ਸੁਖਪਾਲ ਸਿੰਘ ਖਹਿਰਾ ਜਿਹੜੇ ਨੇ ਉਹ ਜੇ ਮੈਂ ਗੱਲ ਕਰਾਂ ਔਜਲਾ, ਸੁਖਪਾਲ ਸਿੰਘ ਖਹਿਰਾ ਔਰ ਜਿਹੜੇ ਜੀਤਮਿੰਦਰ ਸਿੱਧੂ ਨੇ ਉਹਨਾਂ ਦੇ ਬਾਰੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ। ਔਰ ਦੂਜੇ ਪਾਸੇ ਜੇ ਮੈਂ ਮਨੀਸ਼ ਤਿਵਾੜੀ ਦੀ ਗੱਲ ਕਰਾਂ ਤਾਂ ਮਨੀਸ਼ ਤਿਵਾੜੀ ਜਿਹੜੇ ਨੇ ਉਹਨਾਂ ਨੂੰ ਰਸਮੀ ਤੌਰ 'ਤੇ ਉਹਨਾਂ ਦੇ ਬਾਰੇ ਜਿਹੜਾ ਉਹ ਐਲਾਨ ਕਰ ਦਿੱਤਾ ਗਿਆ। ਤਾਂ ਦੱਸ ਦਈਏ ਕਿ ਕਾਂਗਰਸ ਦੇ ਉਮੀਦਵਾਰ ਜਿਹੜੇ ਨੇ ਉਹ ਜਿਹੜੇ ਫਾਈਨਲ ਹੋ ਚੁੱਕੇ ਨੇ, ਕਿਸੇ ਵੀ ਵੇਲੇ ਜਿਹੜਾ ਐਲਾਨ ਰਸਮੀ ਹੋ ਸਕਦਾ। ਪਰ ਪੰਜਾਬ ਦੀਆਂ 3 ਅਹਿਮ ਸੀਟਾਂ ਦਾ ਜਿਹੜਾ ਐਲਾਨ ਤੁਹਾਡੇ ਕੋਲ ਅਸੀਂ ਦੱਸ ਰਹੇ ਹੈਗੇ ਹਾਂ, ਕਿਸੇ ਵੀ ਵੇਲੇ ਹੋ ਸਕਦਾ। 7 ਉਮੀਦਵਾਰ ਜਿਹੜੇ ਆ ਫਾਈਨਲ ਹੋਏ ਨੇ। ਸੁਖਪਾਲ ਸਿੰਘ ਖਹਿਰਾ ਸੰਗਰੂਰ ਤੋਂ ਉਮੀਦਵਾਰ ਜਿਹੜੇ ਆ ਹੋਣ ਜਾ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ, ਭਰੋਸੇਯੋਗ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਹੈ ਉਹ ਜਾਣਕਾਰੀ ਜਿਹੜੀ ਉਹ ਮਿਲਦੀ ਸਾਹਮਣੇ ਆ ਰਹੀ ਹੈ। ਤਾਂ ਉੱਥੇ ਜੇਕਰ ਗੁਰਜੀਤ ਸਿੰਘ ਔਜਲਾ ਦੀ ਗੱਲ ਕਰੀਏ, ਗੁਰਜੀਤ ਸਿੰਘ ਔਜਲਾ ਜਿਹੜੇ ਨੇ ਉਹ ਅੰਮ੍ਰਿਤਸਰ ਤੋਂ ਪਹਿਲਾਂ ਦੇ ਵਾਂਗ ਤੀਜੀ ਵਾਰ ਜਿਹੜੇ ਉਹ ਪਾਰਟੀ ਦੇ ਉਮੀਦਵਾਰ ਜਿਹੜੇ ਆ ਹੋਣਗੇ। ਔਰ ਜੇ ਮੈਂ ਗੱਲ ਕਰਾਂ ਜੀਤਮਿੰਦਰ ਸਿੱਧੂ ਜਿਹੜੇ ਉਹ ਤਾਜ਼ੇ ਕਾਂਗਰਸ ਦੇ ਵਿੱਚ ਆਏ ਨੇ ਔਰ
ਕਾਂਗਰਸ ਨੇ ਉਹਨਾਂ ਦੇ ਲਈ ਜਿਹੜਾ ਬਠਿੰਡੇ ਤੋਂ ਭਰੋਸਾ ਜਿਹੜਾ ਕਹਿੰਦੇ ਕਿ ਜਿਤਾਉਣ ਜਾ ਰਹੀ ਹੈ। ਔਰ ਇਹ ਵੀ ਗੱਲ ਦੱਸ ਦਈਏ ਕਿ ਪਹਿਲਾਂ ਰਾਜਾ ਵੜਿੰਗ ਦੀ ਵਾਈਫ ਦਾ ਵੀ ਉੱਥੇ ਜਿਹੜਾ ਨਾਮ ਜਿਹੜਾ ਉਹ ਲਗਾਤਾਰ ਚੱਲ ਰਿਹਾ ਸੀਗਾ, ਪਰ ਹੁਣ ਇਹ ਪਤਾ ਲੱਗਿਆ ਕਿ ਜੀਤਮਿੰਦਰ ਸਿੱਧੂ ਜਿਹੜੇ ਆ ਉਹ ਉਮੀਦਵਾਰ ਜਿਹੜੇ ਆ ਉਹ ਹੋ ਸਕਦੇ ਨੇ ਬਠਿੰਡਾ ਤੋਂ। ਸੂਤਰਾਂ ਦੇ ਹਵਾਲੇ ਤੋਂ ਜਿਹੜੀ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ, ਬਹੁਤ ਅਹਿਮ ਜਾਣਕਾਰੀ ਜਿਹੜੀ ਆ ਦੇ ਰਹੇ ਹਾਂ। ਪਰ ਉੱਥੇ ਹੀ ਜੇਕਰ ਗੱਲ ਕਰੀਏ ਕਿ ਜਿਹੜੇ ਮਨੀਸ਼ ਤਿਵਾੜੀ ਨੇ ਉਹਨਾਂ ਦੇ ਬਾਰੇ ਤਾਂ ਰਸਮੀ ਐਲਾਨ ਹੀ ਜਿਹੜਾ ਉਹ ਹੋ ਚੁੱਕਿਆ ਹੈਗਾ, ਤਾਂ ਬਹੁਤ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ। ਬਠਿੰਡਾ ਤੋਂ ਜੀਤਮਿੰਦਰ ਸਿੱਧੂ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ, ਮਨੀਸ਼ ਤਿਵਾੜੀ ਜਿਹੜੇ ਨੇ ਉਹ ਰਸਮੀ ਤੌਰ 'ਤੇ ਉਹਨਾਂ ਦੇ ਬਾਰੇ ਐਲਾਨ ਜਿਹੜਾ ਉਹ ਹੋ ਚੁੱਕਿਆ ਹੈਗਾ। ਜੇਕਰ ਗੱਲ ਕਰੀਏ ਚੰਡੀਗੜ੍ਹ ਤੋਂ ਤਾਂ ਲਗਾਤਾਰ ਤੁਹਾਨੂੰ ਇਹ ਸੀਟਾਂ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੰਦੇ ਆ ਰਹੇ ਹਾਂ। ਤਾਂ ਇੱਕ ਵਾਰ ਫਿਰ ਤੁਹਾਨੂੰ ਜਿਹੜੀ ਉਹ ਦੱਸ ਦਿੰਦੇ ਹਾਂ ਕਿ